ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿਚਕਾਰ ਅਸੀਂ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਹਮੇਸ਼ਾ ਆਪ ਜੀ ਦੇ ਨਾਲ ਕੁਛ ਨਾ ਕੁਛ ਸਾਂਝ ਪਾਉਂਦਾ ਹੈ ਔਰ ਇੱਕ ਜ਼ਰੀਆ ਹੈ ਤੁਹਾਡੇ ਤੱਕ ਉਹਨਾਂ ਗੱਲ ਨੂੰ ਪਹੁੰਚਾਉਣ ਦਾ ਜਿਹੜੀਆਂ ਗੱਲਾਂ ਤੋਂ ਅਸੀਂ ਅੱਜ ਅਵੇਸਲੇ ਹੋ ਗਏ। ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਇਹ ਸਮਝਦਾ ਹੈ ਕਿ ਹਿਸਟਰੀ ਆਲਵੇਜ਼ ਰਿਕੁਆਇਰ ਐਨ ਐਵੀਡੈਂਸ, ਇਤਿਹਾਸ ਨੂੰ ਹਮੇਸ਼ਾ ਗਵਾਹੀ ਚਾਹੀਦੀ ਹੈ। ਅੱਜ ਪੁਰਾਤਨ ਸਰੂਪ ਹਸਤ ਲਿਖਤਾਂ ਅਸੀਂ ਅਗਨ ਪੇਟ ਕਰੀ ਜਾ ਰਹੇ ਹਾਂ ਸਿਰਫ ਇਸ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਾ ਹੋਵੇ। ਅਸੀਂ ਨਹੀਂ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕਦੀ ਵੀ ਬੇਅਦਬੀ ਹੋਵੇ, ਲੇਕਿਨ ਉਹਨਾਂ ਸਰੂਪਾਂ ਨੂੰ ਜਿਹੜੀਆਂ ਕਿ ਵਿਰਾਸਤੀ ਰੂਪ ਵਿੱਚ ਲਿਖੀਆਂ ਗਈਆਂ, ਕਿਸੇ ਵੇਲੇ ਉਹ ਇਤਿਹਾਸ ਦਾ ਹਿੱਸਾ ਬਣੀਆਂ ਨੇ, ਉਹਨਾਂ ਨੂੰ ਅੱਜ ਅਸੀਂ ਅਗਨ ਪੇਟ ਕਰੀ ਜਾ ਰਹੇ ਹਾਂ। ਮੇਰੀਆਂ ਉਹਨਾਂ ਸੰਸਥਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਵੇਲੇ ਪਾਵਨ ਸਰੂਪਾਂ ਦੀ ਆਪਣੇ ਅਗਨ ਪੇਟ ਕਰਨੇ ਹੋਣ ਤਾਂ ਉਹਦਾ ਵਿਰਾਸਤੀ ਜਿਹੜਾ ਹੈ ਉਹਨੂੰ ਸਰਟੀਫਾਈ ਜ਼ਰੂਰ ਕਰਾਇਆ ਜਾਏ। ਅਗਰ ਉਹ ਵਿਰਾਸਤ ਹੈ ਤਾਂ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ, ਅਗਰ ਉਹ ਵਿਰਾਸਤ ਨਹੀਂ ਹੈ ਤਾਂ ਫਿਰ ਕੋਈ ਗੱਲ ਨਹੀਂ, ਆਪ ਅਗਨ ਪੇਟ ਕਰ ਸਕਦੇ ਹੋ। ਸੋ ਆਓ ਵੇਲੇ ਨਾਲ ਇਸ ਚੀਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ ਔਰ ਬੜੀਆਂ ਸਾਰੀਆਂ ਸੰਸਥਾਵਾਂ ਇਸ ਲਈ ਚਿੰਤਿਤ ਵੀ ਹਨ, ਕੋਸ਼ਿਸ਼ ਵੀ ਕਰ ਰਹੀਆਂ ਹਨ, ਲੇਕਿਨ ਇਹ ਉਪਰਾਲਾ ਜੇ ਅਸੀਂ ਸਾਰੇ ਰਲ ਕੇ ਕਰਾਂਗੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿਚਕਾਰ ਸਾਡੀ ਵਿਰਾਸਤਾਂ ਨੂੰ ਕੋਈ ਮੁਕਾ ਨਹੀਂ ਸਕੇਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੈਮੀਫਾਈਨਲ 'ਚ ਪਹੁੰਚੀਆਂ ਜਾਂ ਦੋ ਟੀਮਾਂ, ਤਕਨੀਕੀ ਲੋਕ ਅਤੇ ਅਨਮੋਲ ਹੀਰੇ ਨੂੰ ਜੀ ਆਇਆ। ਪਹਿਲਾਂ ਤਕਨੀਕੀ ਲੋਕ, ਮਾਈਸੈਲਫ ਇੰਦਰਜੀਤ ਕੌਰ ਫਰੋਮ ਗਾਜ਼ੀਆਬਾਦ, ਆਈ ਐਮ ਫੀਲਿੰਗ ਬਲੈਸਡ ਟੂ ਬੀ ਅ ਪਾਰਟ ਆਫ ਆਓ ਬਣੀਏ ਗੁਰਸਿੱਖ ਪਿਆਰਾ ਸੈਮੀਫਾਈਨਲ ਰਾਊਂਡ। I am Jasnoor Singh Khalsa of class 10th from CRPF Public School Rohini. Mainu is show te aake bahut hi khushi ho rahi hai. Guru Granth Sahib ji de sadke assi aaj is show te hai gaya. Unna da bahut bahut dhanwad hai gaya ji. Thank you. Wahe Guru ji ka khalsa, wahe Guru ji ki fateh. My name is Isha Preet Kaur. I am from Kapurthala. I am feeling glad to be part of Aao Baniye Gursikh Pyara show. ਮੇਰਾ ਨਾਮ ਕੀਰਤ ਕੌਰ ਹੈ ਅਤੇ ਮੈਂ ਕਪੂਰਥਲਾ ਵਿਲੇਜ ਸਟੂਡੀਆਂਵਾਲ ਤੋਂ ਆਈ ਹਾਂ। ਮੈਂ MGN ਕਾਲਜ ਜਲੰਧਰ ਤੋਂ BEd ਕਰ ਰਹੀ ਹਾਂ। ਅੱਜ ਆਓ ਬਣੀਏ ਗੁਰਸਿੱਖ ਪਿਆਰਾ ਦੇ ਸੈਮੀਫਾਈਨਲ ਰਾਊਂਡ ਤੱਕ ਪਹੁੰਚ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਮੈਂ ਸਭ ਤੋਂ ਵੱਧ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਾਡੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਅੱਜ ਇੱਥੋਂ ਤੱਕ ਪਹੁੰਚਾਇਆ। ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਕਿ ਜਦੋਂ ਵੀ ਅਸੀਂ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਆਉਂਦੇ ਸੀ ਤਾਂ ਅਸੀਂ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਕੇ ਆਉਂਦੇ ਸੀ ਕਿ ਅਸੀਂ ਕੁਝ ਸਿੱਖਣ ਦੇ ਲਈ ਜਾ ਰਹੇ, ਅਸੀਂ ਕਿਸੇ ਨੂੰ ਜਿੱਤਣ ਲਈ ਨਹੀਂ ਜਾ ਰਹੇ। ਬਹੁਤ ਅੱਛੀ ਗੱਲ ਹੈ, ਲੇਕਿਨ ਮੈਨੂੰ ਤੁਹਾਡੀ ਇਸ ਗੱਲ ਦੇ ਵਿਚਕਾਰ ਇੱਕ ਬੜੀ ਅੱਛੀ ਲੱਗੀ ਹੈ ਕਿ ਕਿਆ ਪਿੰਡ ਵਿੱਚ ਵੀ ਲੋਕ ਆਓ ਬਣੀਏ ਗੁਰਸਿੱਖ ਪਿਆਰਾ ਦੇਖ ਰਹੇ ਨੇ? ਹਾਂਜੀ, ਕਿਉਂਕਿ ਆਮ ਤੌਰ 'ਤੇ ਭਾਵ ਹੁੰਦਾ ਕਿ TV ਦਾ ਪ੍ਰੋਗਰਾਮ ਹੈ ਅਤੇ ਕਿਤੇ ਮੈਟਰੋ ਸਿਟੀ ਲੋਕ ਦੇਖ ਰਹੇ ਹੋਣੇ ਨੇ, ਵੱਡੇ ਸ਼ਹਿਰ 'ਚ ਦੇਖ ਰਹੇ ਹੋਣੇ ਨੇ, ਜੇ ਪਿੰਡ ਵਿਚਕਾਰ ਵੀ ਅਗਰ ਲੋਕ ਕਪੂਰਥਲੇ ਦੇ ਵਿਚਕਾਰ ਇੱਕ ਪਿੰਡ ਦੇ ਵਿਚਕਾਰ ਲੋਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੈ ਤਾਂ ਸਾਨੂੰ ਖੁਸ਼ੀ ਹੋ ਰਹੀ ਹੈ। ਪ੍ਰਸ਼ਨਾਂ ਦੀ ਲੜੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰੂਲਸ ਆਪ ਜੀ ਨੂੰ ਪਤਾ ਨੇ, ਲੇਕਿਨ ਮੈਂ ਬਰੀਫ ਹੀ ਦੱਸ ਰਿਹਾ ਕਿ ਠੀਕ ਉੱਤਰ ਦੇ 10 ਮਾਰਕਸ, 60 ਸੈਕਿੰਡ ਦਾ ਟਾਈਮ, ਅਗਰ ਪਾਸ ਆਨ ਕੁਐਸਚਨ ਹੋ ਜਾਏਗਾ ਤਾਂ 5 ਮਾਰਕਸ ਹੋਣਗੇ ਦੂਸਰੀ ਟੀਮ ਵਾਸਤੇ। ਆਪਸ 'ਚ ਡਿਸਕਸ ਕਰ ਸਕਦੇ ਹੋ ਔਰ ਇਹ ਪ੍ਰੋਗਰਾਮ ਕਿਸੇ ਜੇਤੂ ਨੂੰ ਲੱਭਣ ਵਾਲਾ ਨਹੀਂ ਹੈ। ਇਨਾਮ ਸੰਕੇਤ ਮਾਤਰ ਨੇ, ਗਿਆਨ ਇਹਦੇ ਵਿੱਚ ਵੱਡਾ ਇੱਕ ਵਿਰਾਸਤ ਹੈ। ਇਹ ਪ੍ਰਸ਼ਨਾਂ ਦੀ ਲੜੀ ਨੂੰ ਸ਼ੁਰੂ ਕਰਦਿਆਂ ਹੋਇਆਂ ਪਹਿਲਾ ਪ੍ਰਸ਼ਨ ਤਕਨੀਕੀ ਲੋਕ ਵਾਸਤੇ ਸ਼ਬਦਾਰਥ ਹੈ, ਆਪਨੇ ਸ਼ਬਦ ਦਾ ਅਰਥ ਦੱਸਣਾ ਹੈ। ਇਸ ਤੁਕ ਵਿੱਚ ਉਜਾਗਰ ਸ਼ਬਦ ਦੇ ਅਰਥ ਦੱਸੋ। ਸੰਤ ਸੱਜਣ ਸੁਣੋ ਸਭ ਮੀਤਾ, ਝੂਠਾ ਇਹ ਪਸਾਰਾ, ਇਹਦੇ 'ਚ ਸ਼ਬਦ ਪਸਾਰਾ ਜਿਹੜਾ ਹੈ ਇਹਦਾ ਕੀ ਅਰਥ ਹੈ? ਸੰਸਾਰ ਫੈਲਿਆ ਹੋਇਆ, ਪਸਾਰਾ ਫੈਲਿਆ ਹੋਇਆ, ਫੈਲਿਆ ਹੋਇਆ ਜਾਂ ਗੁੰਜਲ ਜਾਂ ਗੁੰਜਲ ਟਾਈਪ ਜਿਵੇਂ ਫਸਿਆ ਹੋਇਆ ਹੋਵੇ, ਮਤਲਬ ਫੈਲਿਆ ਹੋਇਆ ਨਾਲ ਫੈਲਿਆ ਹੋਇਆ ਕਿ ਗੁੰਜਲ ਹੈ ਕੀ ਹੈ? ਫੈਲਿਆ ਹੋਇਆ ਕਹਿੰਦਾ ਮਤਲਬ ਭਾਵ ਹੈ
ਫੈਲਿਆ ਹੋਇਆ ਜੀ। ਸੌਰੀ ਰੋਂਗ ਕੁਐਸਚਨ ਪਾਸਿਸ ਟੂ ਹਨਮੋਲ ਹੀਰੇ ਪਸਾਰਾ ਇਹ ਪਰਮਾਤਮਾ ਦੁਆਰਾ ਸਾਜੀ ਹੋਈ ਕੁਦਰਤ ਸੰਸਾਰ ਮੈਨੂੰ ਉਹਦਾ ਅਰਥ ਸ਼ਬਦ ਅਰਥ ਚਾਹੀਦਾ ਮੈਨੂੰ ਉਹਦਾ ਭਾਵਾਰਥ ਨਹੀਂ ਚਾਹੀਦਾ ਸ਼ਬਦ ਅਰਥ ਕੀ ਪਸਰਿਆ ਹੋਇਆ ਹੈ ਪਸਰਿਆ ਹੋਇਆ ਤੁਹਾਡਾ ਉੱਤਰ ਬਿਲਕੁਲ ਠੀਕ ਹੈ ਪੰਜ ਬਾਕਸ ਬੋਰਸ ਤੁਹਾਡੇ ਖਾਤੇ ਵਿੱਚ ਜੁੜਦੇ ਨੇ ਔਰ ਅਗਲਾ ਪ੍ਰਸ਼ਨ ਡਾਇਰੈਕਟ ਅਨਮੋਲ ਹੀਰੇ ਲਈ ਇਸ ਤੁਕ ਵਿੱਚ ਉਜਾਗਰ ਸ਼ਬਦ ਦੇ ਅਰਥ ਦੱਸੋ ਗੁਰਮਿਲਨ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਸਮਾਂ ਦੌੜਦਾ ਪਿਆ ਨਿਸਤਾਰਾ ਤੋਂ ਭਾਵ ਵਿਕਾਰਾਂ ਤੋਂ ਮੁਕਤ ਹੋਣਾ ਵਿਕਾਰਾਂ ਤੋਂ ਆਪ ਜੀ ਦਾ ਉੱਤਰ ਬਿਲਕੁਲ ਠੀਕ ਹੈ ਮੁਕਤ ਯਾਨੀ ਆਜ਼ਾਦ ਸੁਤੰਤਰ ਤੋਂ ਤੁਹਾਨੂੰ ਫੁੱਲ 10 ਮਾਰਕਸ ਮਿਲਦੇ ਨੇ ਅਗਲਾ ਪ੍ਰਸ਼ਨ ਤਕਨੀਕੀ ਲੋਕ ਲਈ ਸਿੱਖ ਅਚੀਵਰਸ ਯਾਨੀ ਸਿੱਖ ਪ੍ਰਾਪਤ ਕਰਤਾ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਲ 2018 ਲਈ ਕਿਸ 100 ਸਾਲਾ ਲੇਖਕ ਨੂੰ ਪੰਜਾਬ ਗੌਰਵ ਸਨਮਾਨ ਲਈ ਚੁਣਿਆ ਗਿਆ ਹੈ ਵਿੱਚ 100 ਈਅਰ ਓਲਡ ਰਾਈਟਰ ਹੈ ਰਿਸੀਵ ਦ ਪੰਜਾਬ ਗੌਰਵ ਅਵਾਰਡ ਬਾਈ ਪੰਜਾਬ ਕਲਾ ਪਰਿਸ਼ਦ ਇਨ 2018 ਜਸਵੰਤ ਸਿੰਘ ਕੰਵਲ ਆਨਸਰ ਤੁਹਾਡਾ ਬਿਲਕੁਲ ਠੀਕ ਹੈ ਫੁੱਲ 10 ਮਾਰਕਸ ਟੂ ਯੂ ਲੇਕਿਨ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਹੀ ਹੈਜ਼ ਰਿਟਨ ਓਵਰ 70 ਬੁੱਕਸ ਵਿੱਚ ਇਨਕਲੂਡ 35 ਨੋਵਲਸ ਤੋਂ ਸ਼ਾਲੀ ਦੀ ਹੰਸੋ ਗੋਟ ਹਿਮ ਸੱਤਿਆ ਅਕੈਡਮੀ ਸਾਹਿਤਯ ਅਕੈਡਮੀ ਅਵਾਰਡ ਇਨ 1997 ਸੋ ਅਗਲਾ ਪ੍ਰਸ਼ਨ ਅਨਮੋਲ ਹੀਰੇ ਲਈ ਭਾਰਤੀ ਰੇਲਵੇ ਬੋਰਡ ਦੇ ਪਹਿਲੇ ਸਿੱਖ ਚੇਅਰਮੈਨ ਕੌਣ ਸਨ ਹੂ ਵਾਜ਼ ਅ ਫਸਟ ਸਿੱਖ ਚੇਅਰਮੈਨ ਆਫ ਇੰਡੀਅਨ ਰੇਲਵੇ ਬੋਰਡ ਐਕਸਪਰਟ ਐਡਵਾਈਸ ਸਮਾਂ ਰੁਕ ਗਿਆ ਔਰ ਐਕਸਪਰਟ ਐਡਵਾਈਸ ਵਾਸਤੇ ਅੱਜ ਸਾਡੇ ਨਾਲ ਸਰਦਾਰਨੀ ਉਪਿੰਦਰ ਕੌਰ ਜੀ ਲਾਈਨ 'ਤੇ ਜੁੜੇ ਹੋਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਸਕ੍ਰਿਤੀ ਸਲੋਕਾਂ ਦੇ ਬਾਰੇ ਬੜੇ ਵਿਸਤਾਰ ਵਿੱਚ ਆਪਣੇ ਵੱਲੋਂ ਕੁਛ ਕਲਮ ਰਾਹੀਂ ਲਿਖਿਆ ਹੈ ਅਸੀਂ ਇਹਨਾਂ ਨੂੰ ਜੀ ਆਏ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਕਰੀਨ 'ਤੇ ਪ੍ਰਸ਼ਨ ਦੇਖ ਰਹੇ ਹੋ ਔਰ ਟੀਮ ਅਨਮੋਲ ਹੀਰੇ ਆਪ ਜੀ ਕੋਲੋਂ ਸਹਿਯੋਗ ਚਾਹੁੰਦੇ ਨੇ ਕਿਰਪਾ ਕਰਕੇ ਆਪ ਦੱਸਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰਸ਼ਨ ਦਾ ਠੀਕ ਜਵਾਬ ਹੈ ਰਾਏ ਬਹਾਦੁਰ ਸਰਦਾਰ ਕਰਨੈਲ ਸਿੰਘ ਜੀ ਜਿਨ੍ਹਾਂ ਦੇ ਨਾਮ 'ਤੇ ਨਵੀਂ ਦਿੱਲੀ ਸਟੇਸ਼ਨ ਦੇ ਕੋਲ ਸਪੋਰਟਸ ਸਟੇਡੀਅਮ ਵੀ ਬਣਿਆ ਹੋਇਆ ਹੈ ਸੋ ਮੈਂ ਟੀਮ ਨੂੰ ਕਹਿਣਾ ਚਾਹਾਂਗੀ ਕਿ ਇਸ ਪ੍ਰਸ਼ਨ ਦੇ ਇਸ ਜਵਾਬ ਦੇ ਨਾਲ ਜਾਓ ਉਪਿੰਦਰ ਕੌਰ ਜੀ ਕਹਿ ਰਹੇ ਨੇ ਕਿ ਸਰਦਾਰ ਕਰਨੈਲ ਸਿੰਘ ਜੀ ਇਹ ਰਾਈਟ ਆਨਸਰ ਹੈ ਕਿ ਆਪ ਜੀ ਉਹਨਾਂ ਨਾਲ ਜਾਣਾ ਚਾਹੋਗੇ ਹਾਂਜੀ ਤਾਂ ਫਿਰ ਧੰਨਵਾਦ ਕਰੀਏ ਫਿਰ ਉਸ ਤੋਂ ਬਾਅਦ ਸਰਦਾਰ ਕਰਨੈਲ ਸਿੰਘ ਜੀ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਬਹੁਤ ਬਹੁਤ ਧੰਨਵਾਦ ਉਪਿੰਦਰ ਕੌਰ ਜੀ ਆਪ ਜੀ ਦਾ ਕਿ ਆਪ ਜੀ ਨੇ ਇਸ ਟੀਮ ਨੂੰ ਅੱਗੇ ਵਧਾਇਆ ਹੈ ਮੇਰੀ ਟੀਮ ਨੂੰ ਬੈਸਟ ਵਿਸ਼ਿਸ ਨੇ ਕਿ ਉਹ ਇੱਥੋਂ ਜਿੱਤ ਕੇ ਜਾਣ ਔਰ ਮੈਂ ਉਹਨਾਂ ਨੂੰ ਐਡਵਾਈਸ ਕਰਨਾ ਚਾਹਾਂਗੀ ਕਿ ਘਬਰਾਉਣ ਦੀ ਲੋੜ ਨਹੀਂ ਹੈ ਆਪਣੇ ਹੌਸਲੇ ਬੁਲੰਦ ਰੱਖਣ ਉਸ ਵਾਹਿਗੁਰੂ ਦੇ ਭਰੋਸਾ ਰੱਖਣ ਅਤੇ ਉਹਦਾ ਉਹ ਟਾਸਟਾ ਲੈ ਕੇ ਖੇਡਦੇ ਰਹਿਣ ਅਤੇ ਜ਼ਰੂਰ ਇੱਥੋਂ ਜਿੱਤ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਰਨੈਲ ਸਿੰਘ ਜੀ ਜਿਨ੍ਹਾਂ ਦੇ ਨਾਮ 'ਤੇ ਅੱਜ ਦਿੱਲੀ ਦੇ ਕਨੌਟ ਪਲੇਸ ਦੇ ਕੋਲ ਔਰ ਨਵੀਂ ਦਿੱਲੀ ਸਟੇਸ਼ਨ ਦੇ ਕੋਲ ਕਰਨੈਲ ਸਿੰਘ ਸਟੇਡੀਅਮ ਵੀ ਹੈ ਸੋ ਅਗਲਾ ਪ੍ਰਸ਼ਨ ਤਕਨੀਕੀ ਲੋਕ ਵਾਲੇ ਸਨਮਾਨਿਤ ਕੌਰਾਂ ਪ੍ਰਸ਼ਨ ਤੁਹਾਡੀ ਸਕਰੀਨ 'ਤੇ ਨਵੰਬਰ 2018 ਵਿੱਚ ਵੈਸਟ ਇੰਡੀਜ਼ ਵਿੱਚ ਹੋਣ ਵਾਲੇ ਮਹਿਲਾ T20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਅਗਵਾਈ ਕੌਣ ਕਰੇਗੀ ਹਰਮਨਪ੍ਰੀਤ ਕੌਰ ਹਰਮਨਪ੍ਰੀਤ ਕੌਰ ਹਰਮਨਪ੍ਰੀਤ ਕੌਰ ਹਾਂਜੀ 10 ਫੁੱਲ ਮਾਰਕਸ ਟੂ ਯੂ ਪੂਰੇ 10 ਮਾਰਕਸ ਮਿਲਦੇ ਨੇ ਕਿ ਸ਼ੀ ਆਲਸੋ ਵਨ ਅਰਜੁਨ ਅਵਾਰਡ ਇਨ 2017 ਬਾਈ ਦੀ ਮਿਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ
सो अगला प्रश्न अनमोल हीरे लई पिंगलवाड़े विच वड्डी होई उस सिख खिडारन दा नां दसो जिसने पांडुचेरी विच होए लड़कियां दे विश्व नेटबॉल टूरनामेंट विच सोने दा तगमा जितया। रजवंत कौर। दोनों कठी आवाज ही बोलियो, हैं? बहुत कॉन्फिडेंस सी जी। इज राइट आंसर, फुल 10 मार्क्स टू यू। राजवंत कौर, शी इज 18 ईयर ओल्ड एंड शी सफर्स फ्रॉम इंटेलेक्चुअल डिसेबिलिटी। मानसिक रूप दे अंदर वो अपंग ने, लेकिन उन्होंने ये सोन दा तगमा जितया है। तो इस करके तुहाडा उत्तर ठीक है। असी उस पिंगलवाड़ा संस्था दे धनवादी हाँ कि जिन्हां ने ऐसी बच्ची नूं संभालिया। डॉक्टर इंद्रजीत कौर जी जो दी सेवा सवाल कर रहे ने, असी उन्हां दा भी धनवाद करते हाँ। सो इत्थे असी देखांगे कि दोनों टीमां किहड़े स्कोर ते खड़ियां ने, और उस तो बाद असी लवांगे ब्रेक। तो दोनों दा स्कोर देखन जा रहे हां। जिहड़ी साडी टीम तकनीकी लोग ने इस वेले 20 मार्क्स ते इस प्रतियोगिता विच बनी हुई है, और प्राइजलैस डायमंड्स यानी कि अनमोल हीरे 35 मार्क्स नाल इस प्रतियोगिता च बने हुए हैं। लेकिन मैं दर्शकों को कहना चाहना हाँ कि ब्रेक के विचकार किते जायो ना, एक एक प्रश्न आ रहा आप जी लई, और उसका उत्तर स्क्रीन पर दिते हुए माध्यम राही जल्दी तो जल्दी भेजो, अपना नाम, अपने शहर का नाम और अपनी फोटो के नाल, ताकि अगले हफ्ते के प्रोग्राम के विचकार आप जी का चित्र छाप के सानू खुशी महसूस होएगी कि तुसी भी घर बैठे आओ बनिए गुरसिख प्यारा परिवार के हिस्सा बने हो। तो किते जायो ना, मिलते हैं एक छोटे जे ब्रेक तो बाद आप जी के प्यारे प्रोग्राम आओ बनिए गुरसिख प्यारा दे लगातार अगे बढ़ते हुए। रफ्तार भरी जिंदगी विच जरूरत है समय तो अग्गे रहण दी। तरक्की दी राह ते साथियां नूं नाल रखण दी। कॉन्फिडेंस है दुनिया सामने हर रूप दे विच खड़े होण दा। ते कॉन्फिडेंस मिलदा है सिमको तो। सिमको सुप्रीम हेयर फिक्सर, सिमको क्लासिक हेयर फिक्सर। पर्सनैलिटी नूं निखारन वाला भरोसेमंद साथी, इसलिए अज भी अ नेम यू कैन रिलाई अपॉन, सिमको। ये क्या सुना रहा है सर? आप लोग मैच खेलने जा रहे हैं ना, इसने कामयाबी की घंटी सुनी। नया पॉकेट सर्फर रुपीज 1999 से शुरू एंड्रॉइड स्मार्टफोन के साथ एक साल का इंटरनेट फ्री। समीर, वाओ, जस्ट पॉइंट एंड मूव। स्पेशलिस्ट एलईडी टीवी स्मार्ट फीचर्स के साथ, महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी, वाइबर द एलईडी टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. Vaheguru Ji Ka Khalsa, Vaheguru Ji Ki Fateh. Aaj da audience question hai, Sahib Sri Guru Gobind Singh Ji Valo Hola Mahalla Aramb Karan De Do Mukh Udesh Ki San? Aap Ji Aapne Jawab Screen Te Likhe Procedure Anusar San Pej Sakde Ho. Dhanwad Ji. Thank you.
ਹਾਰਦਿਕ ਸਵਾਗਤ ਹੈ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਸੀਜ਼ਨ 15 ਸੈਮੀਫਾਈਨਲ 2 ਦੇ ਵਿੱਚ ਸਾਡੇ ਪਾਸ ਦੋ ਟੀਮਾਂ ਇੱਥੇ ਅੱਜ ਕੰਪੀਟ ਕਰ ਰਹੀਆਂ ਹਨ। ਮੇਰੇ ਕੋ ਐਂਕਰ ਵੀਰ ਸਰਦਾਰ ਕੁਲਮੋਹਨ ਸਿੰਘ ਜੀ ਦੇ ਨਾਲ ਪਲੇ ਕਰਦੇ ਹੋਏ ਦੋਨੋਂ ਟੀਮਸ 20 and 35 ਸਕੋਰ ਗੇਨ ਕਰਕੇ ਇੱਥੇ ਇਸਟੈਬਲਿਸ਼ ਹੋ ਚੁੱਕੀਆਂ ਹਨ। ਸੋ ਦੇਖਦੇ ਹਾਂ ਕਿ ਅੱਗੇ ਕਿਸ ਤਰ੍ਹਾਂ ਪਰਫੋਰਮ ਕਰਦੇ ਹਨ। ਸਾਡੇ ਪਾਸ ਪਹਿਲਾ ਕੁਐਸਚਨ ਆ ਰਿਹਾ ਜੀ, ਜਿਹੜਾ ਕਿ ਇੱਕ ਬਜ਼ਰ ਰਾਊਂਡ ਹੋਏਗਾ। ਦੋਨੋਂ ਟੀਮਾਂ ਅਲਰਟ ਹੋ ਜਾਣ ਜੀ। ਜਿਹੜਾ ਪਹਿਲੇ ਬਜ਼ਰ ਪ੍ਰੈਸ ਕਰੇਗਾ ਉਹ ਠੀਕ ਜਵਾਬ ਦੇਗਾ, ਹੀ ਵਿਲ ਬੀ ਅਵਾਰਡਿਡ 15 ਮਾਰਕਸ। ਅਗਰ ਗਲਤ ਹੋ ਗਿਆ ਜਵਾਬ, ਨੈਗੇਟਿਵ ਮਾਰਕਿੰਗ, -5। ਬਜ਼ਰ ਤਾਂ ਹੀ ਪ੍ਰੈਸ ਕਰਨਾ ਜਦੋਂ ਉੱਥੋਂ ਆਵਾਜ਼ ਆਪ ਜੀ ਸੁਣ ਲਓ। ਉਸ ਤੋਂ ਪਹਿਲੇ, ਆਵਾਜ਼ ਸੁਣਨੇ ਤੋਂ ਪਹਿਲੇ ਬਜ਼ਰ ਪ੍ਰੈਸ ਨਹੀਂ ਕਰਨਾ ਜੀ। ਕਲੀਅਰ? +15 -5 ਕਰੈਕਟ। ਆਈਡੈਂਟੀਫਾਈ ਦਾ ਰਾਗੀ, ਇੱਕ ਰਾਗੀ ਜੀ ਦੀ ਆਵਾਜ਼ ਆਪ ਜੀ ਨੂੰ ਸੁਣਾਈ ਜਾਣੀ ਹੈ, ਧਿਆਨ ਨਾਲ ਸੁਣ ਕੇ ਆਪ ਜੀ ਨੇ ਬਜ਼ਰ ਪ੍ਰੈਸ ਕਰਕੇ ਜਵਾਬ ਦੇਣਾ। ਲਓ ਜੀ, ਫਿਰ ਪਹਿਲਾ ਕੁਐਸਚਨ ਬਜ਼ਰ ਰਾਊਂਡ ਦੇ ਵਿੱਚ। ਮੌਲਾ ਖੇਲ ਕਰੇ ਖੇਲ ਕਰੇ ਸਭ ਆਪੇ, ਮੌਲਾ ਖੇਲ ਕਰੇ ਖੇਲ ਕਰੇ ਸਭ ਆਪੇ, ਖੇਲ ਕਰੇ ਸਭ ਆਪ। ਮੌਲਾ ਖੇਲ ਕਰੇ ਸਭ ਆਪੇ। ਹਾਂਜੀ, ਚਾਂਸ ਨਹੀਂ ਲੈ ਰਹੇ? ਕੀ ਗੱਲ, ਬੜੀ ਪਾਪੂਲਰ ਵਾਇਸ ਹੈ, ਦੋਨੋਂ ਨਹੀਂ ਪਛਾਣ ਪਾਏ, ਪੰਜਾਬ ਤੋਂ ਆਏ ਨਹੀਂ ਪਛਾਣ ਪਾਏ ਪਾਰਟੀਸਪੈਂਟ। ਟਾਈਮ ਇਜ਼ ਓਵਰ, ਨੋ ਮਾਰਕ ਫੋਰ ਐਨੀ ਟੀਮ। ਚਲੋ ਪਹਿਲੇ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ, ਕੋਈ ਅੰਦਾਜ਼ਾ? ਸਰਦਾਰ ਸਿਮਰਨ ਸਿੰਘ ਜੀ। ਸਰਦਾਰ ਸਿਮਰਨ ਸਿੰਘ ਜੀ ਨਹੀਂ, ਭਾਈ ਰਵਿੰਦਰ ਸਿੰਘ ਜੀ। ਭਾਈ ਰਵਿੰਦਰ ਸਿੰਘ ਜੀ ਠੀਕ ਨਹੀਂ ਹੈ ਜੀ ਜਵਾਬ। ਠੀਕ ਜਵਾਬ ਸੀ ਸਰਦਾਰ ਭਾਈ ਸਰਬਜੀਤ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ। ਬੜੀ ਪਾਪੂਲਰ ਵਾਇਸ ਸੀ, ਸੁਣਦੇ ਹੋਵੋਗੇ। ਚਲੋ ਕੋਈ ਨਹੀਂ, ਅਗਲੇ ਰਾਊਂਡ ਵੱਲ ਵਧਦੇ ਹਾਂ ਜੀ। ਸਾਡੇ ਦਰਸ਼ਕ ਜ਼ਰੂਰ ਪਹਿਚਾਣ ਗਏ ਸਨ ਵਾਇਸ ਨੂੰ, ਸਾਨੂੰ ਪੂਰੀ ਉਮੀਦ ਔਰ ਵਿਸ਼ਵਾਸ ਹੈ। ਸੋ ਲਓ ਜੀ, ਅਗਲਾ ਕੁਐਸਚਨ, ਤਿਆਰ ਰਹਿਣਾ ਜੀ। ਫਿਰ ਇੱਕ ਬਜ਼ਰ ਰਾਊਂਡ, ਰਾਗੀ ਸਾਹਿਬ ਦੀ ਆਵਾਜ਼, ਆਵਾਜ਼ ਆਪ ਜੀ ਨੇ ਪਹਿਚਾਣਨੀ ਹੈ। ਭਾਈ ਨਿਰਮਲ ਸਿੰਘ ਜੀ। ਭਾਈ ਨਿਰਮਲ ਸਿੰਘ ਜੀ ਇਜ਼ ਨੋਟ ਦਾ ਕਰੈਕਟ ਆਨਸਰ। ਬੜੀ ਪਾਪੂਲਰ ਵਾਇਸ ਸੀ, ਨੈਗੇਟਿਵ ਮਾਰਕਿੰਗ ਹੋ ਗਈ ਜੀ, -5 ਆਪ ਜੀ ਦੇ ਸਕੋਰ 'ਚੋਂ ਰਿਡਿਊਸ ਹੋ ਗਏ। ਆਪ ਜੀ ਨੂੰ ਪਤਾ ਸੀ ਇਹਦਾ ਜਵਾਬ? ਭਾਈ ਰਣਧੀਰ ਸਿੰਘ ਜੀ। ਭਾਈ ਰਣਧੀਰ ਸਿੰਘ ਜੀ ਵੀ ਠੀਕ ਜਵਾਬ ਨਹੀਂ ਹੈ, ਸਾਡੇ ਦਰਸ਼ਕ ਜਾਣਦੇ ਹਨ, ਸਾਨੂੰ ਪੂਰਾ ਭਰੋਸਾ ਹੈ। ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਧਰਮ ਸਿੰਘ ਜੀ ਜ਼ਖਮੀ ਦੇ ਪੋਤਰੇ, ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ, ਭਾਈ ਹਰਜੋਤ ਸਿੰਘ ਜੀ ਜ਼ਖਮੀ। ਨਹੀਂ ਸੁਣੀ ਸੀ ਆਵਾਜ਼ ਪਹਿਲੇ, ਕਨਫਿਊਜ਼ਨ ਹੋ ਰਿਹਾ ਸੀ। ਓਹੋ, ਆਪ ਜੀ ਨੂੰ ਵੀ ਨਹੀਂ ਸੀ ਕਲੀਅਰ ਹੈ। ਚਲੋ ਕੋਈ ਨਹੀਂ, ਇੱਕ ਹੋਰ ਚਾਂਸ ਲਓ, ਤੀਸਰਾ ਬਜ਼ਰ ਰਾਊਂਡ ਦੇਖਦੇ ਹਾਂ। ਅਸੀਂ ਉਮੀਦ ਕਰਦੇ ਹਾਂ ਵੀ ਹੁਣ ਤੁਸੀਂ ਜ਼ਰੂਰ ਪਹਿਚਾਣ ਜਾਓਗੇ ਇਸ ਵਾਰੀ। ਲਓ ਜੀ, ਆਡੀਓ ਕਲਿੱਪ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਸੱਚਾ ਸਿਰਜਣਹਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਬਹੁਤ ਪਾਪੂਲਰ ਵਾਇਸ ਹੈ,
ਬਿਨਾ ਬਜ਼ਰ ਤੋਂ ਗੈਸ ਤਾਂ ਨਹੀਂ, ਤੁਸੀਂ ਬਜ਼ਰ ਵਜਾ ਲਓ, ਟੇਕ ਅ ਚਾਂਸ, ਹੋਰ -5 ਵਜਾ -5 ਹੋ ਜਾਣਗੇ। ਸੋ ਕੋਈ ਵੀ ਟੀਮ ਚਾਂਸ ਨਹੀਂ ਲੈਣਾ ਚਾਹੁੰਦੀ, ਆਪ ਕਿਸ ਨੂੰ ਵੈਸੇ, ਚਲੋ ਬਿਨਾ ਬਜ਼ਰ ਦੱਸੋ ਜੀ। ਜਸਵੰਤ ਸਿੰਘ ਜੀ। ਓ ਮੈਂ ਤੁਹਾਡੀ ਵਾਇਸ ਸੁਣ ਲਈ ਸੀ, ਤੁਸੀਂ ਕਿਉਂ ਨਹੀਂ ਕਿਹਾ ਭਾਈ ਜਸਵੰਤ ਸਿੰਘ ਜੀ? ਸ੍ਰੀ ਦਰਬਾਰ ਸਾਹਿਬ ਵਾਲੇ ਬਿਲਕੁਲ ਠੀਕ ਜਵਾਬ ਸੀ ਜੀ, ਪਰ ਤੁਸੀਂ ਬਜ਼ਰ ਨਹੀਂ ਪ੍ਰੈਸ ਕੀਤਾ, ਆਪ ਜੀ ਦਾ ਇਹ ਕੋਈ ਮਾਰਕਿੰਗ ਨਹੀਂ ਮਿਲੇਗੀ ਆਪ ਨੂੰ। ਸੋ ਕੋਈ ਮਾਰਕ ਨਹੀਂ, ਐਨੀ ਹੋ ਵਧਦੇ ਹਾਂ ਵਿਜੁਅਲ ਰਾਊਂਡ ਵੱਲ। ਡਾਇਰੈਕਟ ਕੁਐਸਚਨ ਫੋਰ ਟੈਕੀ ਚੈਪਸ, ਲਓ ਜੀ, ਆਈਡੈਂਟੀਫਾਈ ਦੀ ਫੇਮਸ ਸਿੱਖ ਪਰਸਨੈਲਿਟੀ। ਬੜਾ ਅੱਛਾ ਰਾਊਂਡ ਜੀ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, 10 ਬੋਨਸ ਮਾਰਕਸ ਮਿਲ ਸਕਦੇ ਹਨ ਅਗਰ ਆਪ ਜੀ ਇਹ ਤੁੱਕ ਬੋਲ ਕੇ ਜਵਾਬ ਦਿੰਦੇ ਹੋ। ਠੀਕ ਹੈ ਜੀ, ਲਓ ਜੀ ਫੋਟੋ ਆ ਗਈ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਜਨਰਲ ਮੋਹਨ ਸਿੰਘ ਜੀ, ਇਹਨਾਂ ਨੇ ਇੰਡੀਅਨ ਨੈਸ਼ਨਲ ਆਰਮੀ ਬਣਾਈ ਸੀ, ਜਿਹਨੂੰ ਬਾਅਦ ਵਿੱਚ ਸੁਭਾਸ਼ ਚੰਦਰ ਬੋਸ ਦੇ ਨਾਮ ਤੇ ਰੀਨੇਮ ਕਰ ਦਿੱਤਾ ਸੀ। ਓਕੇ ਜੀ, ਬਿਲਕੁਲ ਠੀਕ ਜਵਾਬ ਹੈ ਜੀ, ਆਪ ਜੀ ਨੂੰ ਡਿਟੇਲ ਵੀ ਪਤਾ ਹੈ, ਇਟਸ ਵੈਰੀ ਗੁੱਡ। ਜਨਰਲ ਮੋਹਨ ਸਿੰਘ, ਦ ਫਾਊਂਡਰ ਆਫ ਇੰਡੀਅਨ ਨੈਸ਼ਨਲ ਆਰਮੀ ਵਿਚ ਵਾਸ ਰੀਨੇਮਡ ਐਜ਼ ਆਜ਼ਾਦ ਹਿੰਦ ਫੌਜ ਬਾਏ ਸੁਭਾਸ਼ ਚੰਦਰ ਬੋਸ। ਸੋ ਤੁਹਾਨੂੰ 20 ਮਾਰਕਸ ਮਿਲ ਗਏ, ਤੁਸੀਂ ਪਹਿਲੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਵਾਲੀ ਆਪਸ਼ਨ ਲਈ ਔਰ ਠੀਕ ਜਵਾਬ ਦਿੱਤਾ, ਫੁੱਲ 20 ਮਾਰਕਸ ਫੋਰ ਯੂ। ਔਰ ਅਸੀਂ ਮੂਵ ਕਰ ਰਹੇ ਹਾਂ ਜੀ ਅਨਮੋਲ ਹੀਰੇ ਟੀਮ ਵੱਲ, ਪ੍ਰਾਈਸਲੈਸ ਡਾਇਮੰਡਸ। ਵਿਜੁਅਲ ਰਾਊਂਡ ਹੈ ਜੀ, ਵਿਜੁਅਲ ਕੁਐਸਚਨ ਤੁਹਾਡੇ ਸਾਹਮਣੇ ਹੋਣ, ਸਕਰੀਨ 'ਤੇ ਪਹਿਚਾਣੋ ਜੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਭਾਈ ਰਣਧੀਰ ਸਿੰਘ ਜੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਭਾਈ ਰਣਧੀਰ ਸਿੰਘ ਜੀ। ਆਪ ਜੀ ਦਾ ਵੀ ਇਹੀ ਓਪੀਨੀਅਨ ਸੀ? ਲਓ ਬਿਲਕੁਲ ਠੀਕ ਜਵਾਬ ਹੈ ਜੀ, ਫੁੱਲ 20 ਮਾਰਕਸ ਫੋਰ ਯੂ। ਭਾਈ ਸਾਹਿਬ ਰਣਧੀਰ ਸਿੰਘ ਜੀ, ਜਿਨ੍ਹਾਂ ਦਾ ਅਖੰਡ ਕੀਰਤਨੀ ਜੱਥਾ ਵੀ ਹੈ ਔਰ ਥਾਂ ਥਾਂ 'ਤੇ ਦੁਨੀਆ ਭਰ ਦੇ ਵਿੱਚ ਉਹ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ, ਬੜੀ ਅੱਛੀ ਗੱਲ ਹੈ ਜੀ। ਫੁੱਲ 20 ਮਾਰਕਸ ਫੋਰ ਯੂਅਰ ਟੀਮ। ਔਰ ਅਸੀਂ ਜਾਣਨਾ ਚਾਹਵਾਂਗੇ ਇਸ ਮੌਕੇ 'ਤੇ ਕਿ ਦੋਨੋਂ ਟੀਮਸ ਨੇ ਅੱਜ ਇੱਥੋਂ ਕੌਣ ਫਾਈਨਲ 'ਚ ਪ੍ਰਵੇਸ਼ ਕਰ ਰਿਹਾ ਹੈ, ਦੇਖਦੇ ਹਾਂ ਦੋਨਾਂ ਦਾ ਸਕੋਰ ਕੀ ਹੈ। ਟੈਕੀ ਚੈਪਸ 35 ਮਾਰਕਸ ਔਰ ਪ੍ਰਾਈਸਲੈਸ ਡਾਇਮੰਡਸ 55 ਮਾਰਕਸ। ਸੋ ਬਹੁਤ ਬਹੁਤ ਵਧਾਈਆਂ ਦੋਨੋਂ ਟੀਮਸ ਨੂੰ, ਜਿਹੜਾ ਇੱਕ ਲੰਬਾ ਸਫ਼ਰ ਕਰਕੇ ਇੱਥੇ ਤੱਕ ਪੁੱਜੇ ਸਨ ਔਰ ਅੱਜ ਸਾਡੇ ਕੋਲ ਪ੍ਰਾਈਸਲੈਸ ਡਾਇਮੰਡਸ ਜਿਹੜੀ ਟੀਮ ਹੈ ਉਹ ਪ੍ਰਵੇਸ਼ ਕਰ ਗਈ ਹੈ ਫਾਈਨਲ ਦੇ ਵਿੱਚ, ਆਓ ਬਣੀਏ ਗੁਰਸਿੱਖ ਪਿਆਰਾ ਦੇ 15th ਸੀਜ਼ਨ 'ਚ। ਔਰ ਟੈਕੀ ਚੈਪਸ ਸਾਡੇ ਕੋਲੋਂ ਇੱਥੇ ਵਿਦਾਇਗੀ ਲੈ ਰਹੇ ਹਨ, ਅਸੀਂ ਇਹਨਾਂ ਕੋਲੋਂ ਇੱਕ ਪ੍ਰੋਮਿਸ ਵੀ ਲੈਣਾ ਹੈ, ਜੋ ਸਾਡੀ ਟੀਮ ਦਾ ਡਿਸਿਪਲਿਨ ਹੈ ਕਿ ਇਹ ABGP ਦੇ ਇੱਕ ਅੰਬੈਸਡਰ ਹੋ ਕੇ ਇਸ ਪ੍ਰਚਾਰ ਨੂੰ ਦੂਰ ਦੂਰ ਤੱਕ ਪਹੁੰਚਾਉਣਗੇ। ਥੈਂਕ ਯੂ। ਸੋ ਅਸੀਂ ਇਨਵਾਈਟ ਕਰ ਰਹੇ ਹਾਂ ਆਪਣੇ ਗੈਸਟ ਨੂੰ, ਸਰਦਾਰ ਕੁਲਮੋਹਨ ਸਿੰਘ ਜੀ ਨੂੰ ਮੇਰੀ ਰਿਕੁਐਸਟ ਹੈ ਕਿ ਉਹ ਅੱਜ ਦੇ ਗੈਸਟ ਨੂੰ ਲੈ ਕੇ ਸਟੇਜ 'ਤੇ ਆਉਣ। ਅੱਜ ਦੇ ਸੈਮੀਫਾਈਨਲ ਦੇ ਵਿੱਚ ਜਿਹੜਾ ਨਤੀਜਾ ਹੈ ਉਹ, ਜਿਹੜੀ ਟੀਮ ਸਾਡੇ ਕੋਲੋਂ ਅੱਜ ਵਿਦਾਇਗੀ ਲੈ ਰਹੀ ਹੈ ਉਸ ਟੀਮ ਨੂੰ ਮਾਣ ਅਤੇ ਸਤਿਕਾਰ ਦੇਣ ਲਈ ਮੈਂ ਬੇਨਤੀ ਕਰ ਰਿਹਾ ਹਾਂ ਸਰਦਾਰ ਗੁਰਮੋਹਨ ਸਿੰਘ ਜੀ, ਜਿਹੜੇ ਕਿ ਸਾਡੀ ਟੀਮ ਦੇ ਨਾਲ ਹਮੇਸ਼ਾ ਪਿਆਰ ਅਤੇ ਸਤਿਕਾਰ ਦਿੰਦੇ ਨੇ, ਉਹ ਉਹਨਾਂ ਨੂੰ ਅੱਜ ਇੱਥੋਂ ਦੀ ਵਿਦਾਇਗੀ ਦੇ ਰਹੇ ਨੇ। ਔਰ ਆਪ ਜੀ ਨੂੰ ਸਿਮਕੋ ਵੱਲੋਂ ਗਿਫਟ ਹੈਂਪਰ ਔਰ ਉਸ ਦੇ ਨਾਲ ਨਾਲ ਵੇਵ ਵੱਲੋਂ ਕੈਸ਼ ਪ੍ਰਾਈਜ਼, ਵੇਵਰ ਵੱਲੋਂ ਐਪਰੀਸੀਏਸ਼ਨ ਔਰ ਤੁਹਾਨੂੰ ਸਾਰੀ ਟੀਮ ਵੱਲੋਂ ਪਿਆਰ ਅਤੇ ਸਤਿਕਾਰ ਦਿੱਤਾ ਜਾ ਰਿਹਾ। ਔਰ ਇਸ ਉਮੀਦ ਦੇ ਨਾਲ ਜਿੱਦਾਂ ਵੀਰ ਹਰਜਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਤੁਸੀਂ ਆਓ ਬਣੀਏ ਗੁਰਸਿੱਖ ਪਿਆਰਾ ਦੇ ਅੰਬੈਸਡਰ ਬਣ ਕੇ ਅੱਜ ਸਾਡੇ ਕੋਲ ਰਵਾਨਗੀ ਲੈ ਰਹੇ ਹੋ, ਬੜਾ ਲੰਬਾ ਸਫ਼ਰ ਤੈਅ ਕੀਤਾ ਤੁਸੀਂ, ਤੁਹਾਡਾ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਸਰ ਜੈਦੀਪ ਸਿੰਘ ਜੀ, ਜਿਹੜੇ ਕਿ ਏਅਰ ਇੰਡੀਆ ਦੇ ਵਿੱਚ ਅੰਮ੍ਰਿਤਧਾਰੀ ਪਾਇਲਟ ਹਨ, ਅੰਮ੍ਰਿਤਧਾਰੀ ਪਾਇਲਟ ਹਨ ਔਰ ਸਿੱਖੀ ਸਰੂਪ ਨੂੰ ਗੁਰੂ ਦੀ ਬਖਸ਼ਿਸ਼ ਨਾਲ ਸਾਂਭਿਆ, ਇਹਦਾ ਸਭ ਤੋਂ ਵੱਡਾ ਕ੍ਰੈਡਿਟ ਮੈਂ ਸਮਝਦਾ ਜਾਂਦਾ ਅਤੇ ਇਹਨਾਂ ਦੀ ਮਾਤਾ ਜੀ ਨੂੰ ਜਾਂਦਾ, ਜਿਸ ਮਾਂ ਦੇ ਕੋਲੇ ਖੜ੍ਹੇ ਹੋ ਗਏ, ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀ। ਸੋ ਇਹ ਜਿਹੜੀ ਟੀਮ ਸਾਡੀ ਫਾਈਨਲ ਵਿੱਚ ਪ੍ਰਵੇਸ਼ ਕਰ ਰਹੀ ਹੈ ਉਸ ਟੀਮ ਨੂੰ ਡੈਟਾ ਵਿੰਡ ਵੱਲੋਂ UV ਸਲੇਟ ਦਿੱਤੀ ਜਾ ਰਹੀ ਹੈ ਔਰ ਉਸ ਦੇ ਨਾਲ ਨਾਲ ਆਪ ਨੂੰ ਸਿਮਕੋ ਵੱਲੋਂ ਗਿਫਟ ਹੈਂਪਰ ਦਿੱਤਾ ਜਾ ਰਿਹਾ ਹੈ, ਵੇਵ ਵੱਲੋਂ ਕੈਸ਼ ਪ੍ਰਾਈਜ਼ ਔਰ ਵਿਭਰ TV ਵੱਲੋਂ ਐਪਰੀਸੀਏਸ਼ਨ ਹੈ ਔਰ ਨਾਲ ਸੱਦਾ ਦਿੱਤਾ ਜਾ ਰਿਹਾ ਤੁਹਾਨੂੰ ਫਾਈਨਲ ਦੇ ਵਿੱਚ ਪ੍ਰਵੇਸ਼ ਕਰਨ ਦਾ। ਅਸੀਂ ਆਪਣੇ ਦਰਸ਼ਕਾਂ ਕੋਲੋਂ ਇੱਥੇ ਹੀ ਇਜਾਜ਼ਤ ਲਵਾਂਗੇ ਇਸ ਉਮੀਦ ਦੇ ਨਾਲ
कि अगले हफ्ते आओ बनिए गुरसिख प्यारा क्विज शो सीजन 15 का फाइनल प्ले होना जी। सो आप जी नू याद हैं जिहड़ियां दो टीमां साढ़े कोल फाइनल दे विच पुज रही हैं, आप जी ने देखना नहीं भुलना। अपने मिठे उसारू सुझाव सानू फेसबुक ते शेयर करो, यूट्यूब ते साढ़े सारे एपीसोड्स अवेलेबल हैं, आप जी खुद देख के अपने रिलेटिव्स नाल फ्रेंड्स नाल शेयर करके इस प्रचार की मुहिम साढ़े सहयोगी बन सकते हो। रब राखा, वाहिगुरु जी का खालसा, वाहिगुरु जी की फतेह।